ਖ਼ਬਰ ਫਿਲੌਰ ਦੇ ਨਜ਼ਦੀਕੀ ਪਿੰਡ ਨਗਰ ਤੋਂ ਹੈ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਟਰਾਲਾ ਇੱਕ ਕਰਿਆਨਾ ਸਟੋਰ ਅੰਦਰ ਜਾ ਵੜਿਆ। ਤਸਵੀਰਾਂ ਬੇਹੱਦ ਹੀ ਹੈਰਾਨ ਕਰਨ ਵਾਲੀਆਂ ਨੇ। ਇਸ ਹਾਦਸੇ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਉੱਥੇ ਹੀ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਇਸ ਮੌਕੇ ਬਜਾਜ ਕਰਿਆਨਾ ਸਟੋਰ ਦੇ ਮਾਲਕ ਪ੍ਰੇਮ ਬਜਾਜ ਨੇ ਦੱਸਿਆ ਕਿ ਬੁੱਧਵਾਰ ਦੀ ਤੜਕ ਸਾਰ ਹੀ ਇੱਕ ਟਰਾਲਾ ਚਾਲਕ ਨੇ ਤੇਜ਼ ਰਫ਼ਤਾਰ ਟਰਾਲਾ ਉਹਨਾਂ ਦੀ ਦੁਕਾਨ ਵਿੱਚ ਬਾੜ ਦਿੱਤਾ, ਜਿਸ ਕਾਰਨ ਉਹਨਾਂ ਦੀ ਦੁਕਾਨ ਦੇ ਦੋਵੇਂ ਸ਼ਟਰ, ਸ਼ੀਸ਼ੇ, ਕਾਊਂਟਰ ਸਮੇਤ ਲੱਖਾਂ ਰੁਪਏ ਦੇ ਕਰਿਆਨੇ ਦਾ ਸਮਾਨ ਖਰਾਬ ਹੋ ਗਿਆ। ਇਸ ਸੰਬੰਧੀ ਉਹਨਾਂ ਫਿਲੌਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਮੇਰਾ ਨਾਮ ਪ੍ਰੇਮ ਬਜਾਜ ਹੈ, ਨਗਰ ਤੋਂ ਬਜਾਜ ਕਿਰਾਨਾ ਸਟੋਰ ਸਾਡਾ ਆ। ਰਾਤ ਨੂੰ 1:20 ਦੇ ਕਰੀਬ ਇਹ ਬਹੁਤ ਜ਼ਿਆਦਾ ਕੈਮਰੇ 'ਚ ਰਿਕਾਰਡਿੰਗ ਆ, ਬਹੁਤ ਜ਼ਿਆਦਾ ਟਿੱਪਰ ਜਿਹੜਾ ਭਰਿਆ ਹੋਇਆ ਪੱਥਰ ਦਾ ਅਤੇ ਬਹੁਤ ਜ਼ਿਆਦਾ ਸਪੀਡ 'ਤੇ ਸੀ, ਅਤੇ ਇਹਦੇ ਕੋਲੋਂ ਇਹਨੇ ਮੋੜ ਕੱਟੀ, ਉਦੋਂ ਵੀ ਸਾਡੇ ਕੋਲ ਰਿਕਾਰਡਿੰਗ ਆ ਸਾਰੀ, ਅਤੇ ਇਹਨੇ ਘੱਟੋ ਘੱਟ 100 ਦੀ ਸਪੀਡ 'ਤੇ ਇੰਨੀ ਤੇਜ਼ ਗੱਡੀ ਆ ਕੇ ਪਲਟਾ ਦਿੱਤੀ ਆ, ਅਤੇ ਥੱਲੇ ਤੋਂ ਢਾਬੇ ਤੋਂ ਪੂਰੇ ਨਸ਼ੇ ਦੇ ਟੋਲੋ ਕੇ ਤੁਰਿਆ। ਉਹਨਾਂ ਨੇ ਵੀ ਇਹਨੂੰ ਕਿਹਾ ਆ ਵੀ ਤੂੰ ਨਾ ਤੌਰ ਤੇਰਾ ਨੁਕਸਾਨ ਹੋਊਗਾ, ਅਤੇ 2-3 ਮਿੰਟਾਂ ਦੀ ਡਰਾਈਵ ਤੋਂ ਬਾਅਦ ਇਹਨੇ ਆ ਕੇ ਨੁਕਸਾਨ ਸਾਡੀ ਦੁਕਾਨ ਦਾ ਘੱਟੋ ਘੱਟ 3-4 ਲੱਖ ਰੁਪਏ ਦਾ ਨੁਕਸਾਨ ਕਰਾ ਦਿੱਤਾ ਆ, ਅਤੇ ਬਹੁਤ ਪਰੇਸ਼ਾਨੀ ਆ ਜੀ। ਇਸ ਗੱਲ ਕਰਿਆਨਾ ਜੀ ਅੰਦਰ ਸ਼ਟਰ ਵੀ ਡੈਮੇਜ ਹੋਏ ਜੀ, ਸ਼ੀਸ਼ੇ ਵੀ ਡੈਮੇਜ ਹੋ ਗਏ, ਅੰਦਰ ਕਿਰਾਨਾ ਵੀ ਡੈਮੇਜ, ਤੁਸੀਂ ਮੌਕੇ ਤੇ ਵੀਡੀਓ ਲੈ ਸਕਦੇ ਆ। ਇਸ ਟਾਈਮ ਉਦਾਂ ਦੀ ਉਦਾਂ ਕੰਡੀਸ਼ਨ ਦੇ ਵਿੱਚ ਘੱਟੋ ਘੱਟ 2.5-3 ਲੱਖ ਰੁਪਏ ਦਾ ਨੁਕਸਾਨ ਹੈ ਜੀ ਸਾਡਾ, ਤੁਸੀਂ ਚੈੱਕ ਕਰ ਸਕਦੇ ਆ, ਅਸੀਂ ਕੋਈ ਵੀ ਇਹਦੇ 'ਚ ਨਹੀਂ, ਆਪ ਮੌਕੇ ਤੇ ਚੈੱਕ ਕਰਕੇ ਵੀਡੀਓ ਦੇਖੋ ਤੁਸੀਂ ਲੈ ਕੇ। ਰਾਤ ਲਗਭਗ 1:15 ਟਰੱਕ ਜਿਹੜਾ ਨਵਾਂ ਸ਼ਹਿਰ ਸਾਈਡ ਤੋਂ ਆ ਰਿਹਾ ਸੀਗਾ, ਤੇ ਇਹ ਆਪਣੀ ਦੁਕਾਨ ਦੇ ਵਿੱਚ ਆ ਕੇ ਲੱਗਾ, ਕਰਿਆਨੇ ਦੀ ਦੁਕਾਨ ਆ, ਇਹ 2 ਸ਼ਟਰ ਤੋੜ ਗਿਆ, ਵੱਡੀ ਦੁਕਾਨ ਸੀਗੀ, 2 ਸ਼ਟਰ ਤੋੜ ਕੇ 2 ਸ਼ੀਸ਼ੇ ਦੇ ਵਿੱਚ ਸੀਗੇ ਅੰਦਰ ਲੱਗੇ ਹੋਏ, ਅੰਦਰ ਸਮਾਨ ਬਹੁਤ ਖਰਾਬ ਤਾ, 2.5-3 ਲੱਖ ਰੁਪਈਆ ਸਾਡਾ ਨੁਕਸਾਨ ਹੋ ਗਿਆ। ਡਰਾਈਵਰ ਨੇ ਬਹੁਤ ਜ਼ਿਆਦਾ ਦਾਰੂ ਦਿੱਤੀ ਸੀ, ਸ਼ਰਾਬ ਦੇ ਕਾਰਨ ਉਹ ਗੱਡੀ ਕੰਟਰੋਲ ਨਹੀਂ ਕਰ ਪਾਇਆ, ਤੇ ਗੱਡੀ ਜਿਹੜੀ ਆ ਕੇ ਲੱਗੀ ਆਪਣੇ ਬਿਲਡਿੰਗ ਦੇ ਵਿੱਚ, 2-3 ਘੰਟੇ ਬਾਅਦ ਵੀ ਉਹਨੂੰ ਕੁਛ ਪਤਾ ਨਹੀਂ ਲੱਗ ਰਿਹਾ ਸੀ, ਇੰਨੀ ਜ਼ਿਆਦਾ ਉਹਨੇ ਸ਼ਰਾਬ ਪੀਤੀ, ਉਹ ਵੀ ਆਪਣੀ ਤਾਂ ਉਹਨੇ ਮਰੀ ਜਾਂਦਾ ਸੀਗਾ। ਬਸ ਮੈਂ ਤਾਂ ਇਹੀ ਪ੍ਰਸ਼ਾਸਨ ਨੂੰ, ਤੁੜੀ ਵਾਲੇ ਟਰੱਕ ਦਾ ਬਾਅਦ ਵਿੱਚ ਆ ਕੇ ਉਹਨੂੰ ਫਸ ਗਿਆ, ਤੁੜੀ ਵਾਲੇ ਟਰੱਕ ਦਾ ਕੋਈ ਸੰਬੰਧ ਨਹੀਂ ਸੀ, ਉਹਨੂੰ ਤਾਂ ਰੋਕਦੇ ਰਹੇ ਵੀ ਇੱਥੋਂ ਰੋਡ ਟਾਈਡ ਆ, ਲੇਕਿਨ ਤੂੰ ਨਾ ਰਸਤਾ ਯਾਦ ਹੀ ਹੋਣਾ ਤੇਰੇ ਕੋਲੋਂ, ਉਧਰ ਫਿਲੌਰ ਪੁਲਿਸ ਨੇ ਟਰਾਲਾ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਲੱਗਦਾ ਡਰਾਈਵਰ ਨੇ ਪਿੱਕੀ ਹੋਈ ਸੀ? ਉਹ ਸਾਡਾ ਪਿੱਕੀ ਹੋਇਆ। ਕਿੰਨਾ ਨੁਕਸਾਨ ਹੋਇਆ ਕਿ ਤੁਸੀਂ ਜਾਇਜ਼ਾ ਕਰ ਲਿਆ? ਮੈਂ ਜਾਇਜ਼ਾ ਕਰ ਰਹੇ ਹਾਂ ਜੀ। ਹਾਂ, ਦੁਕਾਨ ਬੜੀ ਗੱਡੀ, ਦੁਕਾਨ ਹੀ ਦੇਖ ਰਹੇ ਹਾਂ। ਕੀ ਕਾਰਵਾਈ ਹੈ ਡਰਾਈਵਰ ਦੀ? ਜੋ ਮੰਗੀ ਕਰਵਾਈ ਕਰਾਂਗੇ। ਕੀ ਰਸਤਾ ਖਾਲੀ ਕਰਾ ਲਿਆ? ਰਸਤਾ ਖਾਲੀ ਕਰਾ ਤੇ ਇਹਨਾਂ ਨੂੰ ਫੋਨ ਕੀਤਾ ਆ ਰਿਹਾ।